ਪੰਜਾਬ ਦੀ ਐਸਟੀਐਫ ਨੇ ਹਿਮਾਚਲ ਦੇ ਬੱਦੀ ਦੇ ਵਿੱਚ ਇੱਕ ਫੈਕਟਰੀ 'ਚ ਛਾਪਾ ਮਾਰਿਆ ਜਿੱਥੇ 7.5 ਕੁਇੰਟਲ ਚਿੱਟਾ ਪਾਊਡਰ ਤੇ 70 ਲੱਖ ਨਸ਼ੇ ਦੀ ਗੋਲੀ ਬਰਾਮਦ ਹੋਈ ਆ। ਉਹ ਖਬਰ ਦੇ ਉੱਤੇ ਮਿੱਟੀ ਪਾਤੀ, ਕਿਸੇ ਚੈਨਲ ਤੇ ਖਬਰ ਨਹੀਂ ਆਈ। ਇਹ ਰੌਲਾ ਪਾਉਂਦੇ ਆ ਕਿ ਨਸ਼ਾ ਬਾਰਡਰ ਤੋਂ ਆਉਂਦਾ ਆ। ਆ ਸਾਰੇ ਪਿੰਡ ਬਾਰਡਰ ਵਾਲੇ ਆ, ਕਿੰਨਾ ਕੁ ਨਸ਼ਾ ਬਾਰਡਰ ਵਾਲਾ ਇੱਥੇ ਆਉਂਦਾ ਆ। ਜਿੰਨਾ ਨਸ਼ਾ ਪੰਜਾਬ 'ਚ ਆ ਰਿਹਾ ਆ ਉਹ ਹਿਮਾਚਲ ਦੇ ਬੱਦੀ, ਬਰੋਟੀਵਾਲ ਤੇ ਨਾਲਾਗੜ੍ਹ, ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸੂਟੀਕਲ ਦੀ ਇੰਡਸਟਰੀ ਆ, ਉੱਥੋਂ ਨਸ਼ਾ ਬਣਾ ਕੇ ਪੰਜਾਬ ਦੇ ਵਿੱਚ ਸੁੱਟਿਆ ਜਾ ਰਿਹਾ ਆ। ਜਿਹੜਾ ਦਵਾਈਆਂ ਬਣਾਉਣ ਵਾਲੀ ਕੰਪਨੀ ਨੇ 22 ਪ੍ਰੋਡਕਟ ਜਿਹੜਾ ਤਬਾਹ ਕਰਨਾ ਹੁੰਦਾ ਆ, ਉਹਦੇ 'ਚ ਮੋਰਫੀਨ ਪਾ ਕੇ ਤੁਹਾਡੇ ਨੌਜਵਾਨਾਂ ਨੂੰ ਨਸ਼ਾ ਇੱਥੇ ਦਿੱਤਾ ਜਾ ਰਿਹਾ ਆ, ਜਿਹਦੀ ਕੀਮਤ, ਇੱਕ ਗੋਲੀ ਦੀ ਕੀਮਤ 10 ਪੈਸੇ ਆ, ਜਿਹੜੀ 500 ਦੀ ਵਿਕਦੀ ਸੀ, ਤੇ ਨਵੀਂ ਜਿਹੜੀ ਝਾੜੂ ਦੀ ਸਰਕਾਰ ਨੇ ਉਹ ਗੋਲੀ ਦੀ ਕੀਮਤ 200 ਰੁਪਇਆ ਕਰਤੀ ਆ। ਤੇ ਜਿੱਦਣ ਉਹ ਡੋਜ਼ ਤੇਜ਼ ਆਉਂਦੀ ਆ, 1 ਲੱਖ ਦੇ ਦਰਜਨਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਨਸ਼ੇ ਦੀ ਭੇਟ ਚੜ੍ਹਦੇ ਆ। ਤੇ ਕਿਸੇ ਖਿੱਤੇ ਨੂੰ, ਕਿਸੇ ਕੌਮ ਨੂੰ ਨਸ਼ੇ ਦਾ ਨਿਸ਼ਾਨਾ ਉਦੋਂ ਬਣਾਇਆ ਜਾਂਦਾ ਆ ਜਦੋਂ ਇਲਾਕਾ ਖਾਲੀ ਕਰਾਉਣਾ ਹੋਵੇ। ਜਦੋਂ ਕੌਮ ਜੰਗ ਦੇ ਮੈਦਾਨ 'ਚ ਨਹੀਂ ਹਾਰਦੀ ਤਾਂ ਉਹਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਨਾਲ ਮਾਰਿਆ ਜਾਂਦਾ ਆ। ਤੁਸੀਂ ਜਿਹੜੀ ਧਰਤੀ ਦੇ ਮਾਲਕ ਜੇ, ਦੁਨੀਆਂ ਦੇ ਵਿੱਚ ਪੰਜਾਬ ਦੇ ਮੁਕਾਬਲੇ ਸਿਰਫ ਇੱਕ ਡੋਨੇਬਾਸਕ ਦਾ ਏਰੀਆ ਆ ਜਿੱਥੇ ਰੂਸ ਨੇ ਅੱਜ ਅਲਾਨੀਆ ਯੂਕਰੇਨ ਤੇ ਹਮਲਾ ਕੀਤਾ ਉਸ ਇਲਾਕੇ ਤੇ ਕਬਜ਼ਾ ਕਰਨ ਲਈ, ਤੇ ਦੂਜੀ ਧਰਤੀ ਜਿੱਥੇ ਨਾ ਹੜ੍ਹਾਂ ਦੀ ਮਾਰ ਆ ਨਾ ਸੋਕੇ ਦੀ ਮਾਰ ਆ, ਉਹ ਪੰਜਾਬ ਦੀ ਧਰਤੀ ਆ ਜਿਹੜੀ ਸਾਲ ਦੇ ਵਿੱਚ 3 ਲੱਖ ਟਨ ਦਾਣੇ ਪੈਦਾ ਕਰਦੀ ਆ। ਇਹਨਾਂ ਦੀ ਨਿਗਾਹ ਤੁਹਾਡੀ ਧਰਤੀ ਤੇ ਆ, ਇਹਨਾਂ ਦੀ ਨਿਗਾਹ ਇਸ ਧਰਤੀ ਤੇ ਵਸਦੇ ਸਿੱਖਾਂ ਤੇ ਆ, ਇਹਨਾਂ ਦੀ ਨਿਗਾਹ ਇਸ ਧਰਤੀ ਤੇ ਜਿਹੜੇ ਵਗਦੇ ਦਰਿਆਵਾਂ ਤੇ ਆ। ਆ ਤੁਹਾਡੇ ਤੋਂ ਹਰੀ ਕੇ ਬਹੁਤਾ ਦੂਰ ਨਹੀਂ, ਇੱਥੋਂ ਨਹਿਰਾਂ ਬੰਨ ਕੇ ਇਹ ਸਾਰਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਆ। ਕੋਈ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਮੈਨੀਫੈਸਟੋ 'ਚ ਕਦੀ ਪੰਜਾਬ ਦੀ ਗੱਲ ਨਹੀਂ ਕੀਤੀ। ਅੱਜ ਪੰਜਾਬ ਨੂੰ ਖਾਲੀ ਕਰਕੇ